हाँ जी सत श्री अकाल जी, सारे भरावां नूं की हाल है जी, कैमां सेहतां, होर सुनाओ की बनी जांदा। अज दी वीडियो खास है जी, खास वो भरावां दा करके है जिहड़े भरा मैनूं परसनल फोन करदे रहिंदे आ, वीर मेरे ठीक है, भी कोई चंगी चीज़ लैनी है। ये चंगी चीज़ वास्ते वीडियो बनाई आपां, चंगी मझ दी जिहड़ी ये मझ है, इहदी प्रोपर डिटेल तुहानूं दस्सदे आ, प्रोपर तुहानूं नंबर दिंदा मैं, सारा पिंड दा एड्रैस तुहानूं दस्सदा, ਤਾਂ ਤੁਸੀਂ ਵੀਰ ਦੇ ਨਾਲ ਕੰਟੈਕਟ ਸਕਦੇ ਆ। ਅਤੇ ਮੱਝ ਦੀ ਜਿਹੜੀ ਡਿਟੇਲ ਹੈ, ਇਹ ਮੱਝ ਨੇ ਦੂਜੇ ਸੂਏ 17.5 ਲੀਟਰ ਦੁੱਧ ਦਿੱਤਾ, ਤੀਜੇ ਸੂਏ ਸੂਣ ਨੂੰ ਤਿਆਰ ਹੈ, 8 ਤੋਂ 10 ਦਿਨ ਹਜੇ ਬੱਚਾ ਨਹੀਂ ਦਿੰਦੀ, ਠੀਕ ਹੈ। ਇਹਨੇ ਬਹੁਤ ਜ਼ਬਰਦਸਤ ਆਡਰ ਤਿਆਰ ਕਰ ਜਾਂਦਾ, ਕਿਉਂਕਿ ਇਹ ਵੀ ਵੀਡੀਓ ਮੈਂ ਤਾਂ ਪਾਈ ਹੈ, ਇਹ ਮੱਝ ਮੇਰੀ ਅੱਖੀ ਦੇਖੀ ਵੀ ਹੈ, ਮੇਰੇ ਖਾਸ ਮਿੱਤਰ ਕੋਲ ਆ, ਮੁੰਡਾ ਵਕੀਲ ਹੈ, ਵਕੀਲੀ ਵੀ ਕਰਦਾ, ਨਾਲ ਆਪਦੇ ਦਫ਼ਤਰ ਦਾ ਕੰਮ ਵੀ ਦੇਖਦਾ, ਅਤੇ ਨਾਲ ਘਰੇ ਆ ਕੇ ਕੋਈ ਨੌਕਰ ਨਹੀਂ ਰੱਖਿਆ, ਘਰੇ ਆ ਕੇ ਆਪਦੀਆਂ ਮੱਝਾਂ ਦਾ ਕੰਮ ਦੇਖਦਾ, ਜਿਹੜੇ 5-4 ਡੰਗਰ ਪਾਲਦਾ, ਵਧੀਆ ਚੰਗੇ ਖਰੀਦੇ ਸੀ ਇਹਨੇ, ਅਤੇ ਚੰਗੇ ਹੀ ਰੱਖਦਾ, ਮਤਲਬ ਪਹਿਲਾਂ ਤੁਸੀਂ ਸ਼ੌਂਕ ਹੁੰਦਾ ਹੈ ਨਾ ਹਰ ਬੰਦੇ ਨੂੰ, ਇਹ ਵੀ ਬਹੁਤ ਵੱਡੀ ਗੱਲ ਹੈ। ਦੇਖੋ ਵੀ ਆਪਾਂ ਕਹਿੰਦੇ ਹਾਂ ਬੰਦੇ ਕੋਲ ਸਮਾਂ ਹੈ ਨਹੀਂ, ਵੀ ਮੈਂ ਆਹ ਕੰਮ ਕਰਦਾ, ਸਮਾਂ ਕੱਢਣਾ ਪੈਂਦਾ ਬਾਈ, ਜਿਹਨੇ ਕੋਈ ਮੰਜ਼ਿਲ ਹਾਸਲ ਕਰਨੀ ਹੈ ਨਾ, ਜੇ ਵੱਡੇ ਵੱਡੇ ਸੁਪਨੇ ਦੇਖੇ ਆ ਅਤੇ ਉਹ ਪੂਰੇ ਕਰਨੇ ਆ, ਤਾਂ ਉਹਨੂੰ ਸਮਾਂ ਕੱਢਣਾ ਪਊਗਾ। ਤਾਂ ਜੇ ਸਮਾਂ ਨਹੀਂ ਦਿੰਦੇ ਤਾਂ ਆਪਣੇ ਕੋਲ ਇਕੱਲੇ ਸੁਪਨੇ ਆਪਾਂ ਰਾਤ ਨੂੰ ਪੈਣ ਵਾਲੇ ਦੇਖ ਸਕਦੇ ਹਾਂ, ਪਰ ਦਿਨੇ ਜਦੋਂ ਅੱਖ ਖੁੱਲੀ ਹੈ ਤਾਂ ਉਹ ਸੁਪਨੇ ਵੀ ਚਲੇ ਜਾਂਦੇ ਆ। ਜੇ ਆਪਾਂ ਸੁਪਨਿਆਂ ਨੂੰ ਪੂਰਾ ਕਰਨਾ ਤਾਂ ਇਹ ਕੰਮ ਆਪਾਂ ਨੂੰ ਕਰਨਾ ਪਊਗਾ, ਮਿਹਨਤ ਕਰਨੀ ਪਊਗੀ। ਦੇਖੋ ਇਹ ਨਾਲ ਨਾਲ ਵਕੀਲੀ ਦੇ ਬਿਨਾਂ ਨੌਕਰ ਤੋਂ ਪਸ਼ੂ ਸਾਂਭਦੇ ਆ ਨਾ, ਆਪਦੇ ਕੱਖ ਪੱਠੇ ਵੀ ਵੱਢਦੇ ਆ, ਉਹਨਾਂ ਨੂੰ ਸਾਂਭਣਾ ਪ੍ਰੋਪਰ ਢੰਗ ਦੇ ਨਾਲ, ਘਰ ਦੇ ਨਾਲ ਚਲੋ ਹੈਲਪ ਕਰਦੇ ਹੋ, ਗੱਲ ਵੱਖਰੀ ਆ। ਤਾਂ ਇਹ ਮੱਝ ਦਾ ਦੇਖੋ ਆਡਰ ਸਾਇਜ਼ ਦੇਖੋ, ਕੱਲਾ ਕੱਲਾ ਥਣ ਦੇਖੋ, ਹਜੇ ਘੱਟੋ ਘੱਟ 10 ਦਿਨ ਸੂਣਾਣੀ ਇਹਨੇ, 10 ਦਿਨਾਂ ਦੇ ਉੱਤੇ ਐਂ ਹੋਜੂ ਜਿਵੇਂ ਗਵਾਰਾ ਵਿੱਚ ਹਵਾ ਭਰੀ ਹੁੰਦੀ ਹੈ ਨਾ, ਐਡਾ ਫਲਾਵਟ ਹੋ ਜਾਣੀ ਇਹਦੀ, ਇੰਨਾ ਜ਼ਬਰਦਸਤ ਆਡਰ ਹੈ, ਕਿਉਂਕਿ ਦੁੱਧ ਵਾਲਾ ਜਿਵੇਂ ਪਸ਼ੂ ਹੋਏਗਾ ਤਾਂ ਉਸ ਹਿਸਾਬ ਨਾਲ ਹੋਣੀ ਹੈ। ਅਤੇ ਤਸੱਲੀ ਵਾਲਾ ਪੂਰਾ ਗਰੰਟੀ ਵਾਲਾ ਦੁੱਧ ਮਗਰਲੇ ਸੂਏ 17.5 ਲੀਟਰ ਤੋਂ ਦਿੱਤਾ, ਇੱਥੇ 20 ਲੀਟਰ ਦੀ ਕੰਪੈਸਟੀ ਹੈ, ਅਤੇ 22 ਨਾਲ ਤੁਸੀਂ ਸੰਦੀਪ ਦੇ ਨਾਲ ਤਾਂ ਇਹਦੇ ਨਾਲ ਤੁਸੀਂ ਗੱਲ ਕਰ ਸਕਦੇ ਹਾਂ। 60 ਪਿੰਡ ਹੈ ਇਹਦਾ, ਹੈ ਨਾ, 60 ਪਿੰਡ ਪੈ ਜਾਂਦਾ, ਤਾਂ ਆਪਣੇ ਸੰਦੀਪ ਵੀਰੇ ਦਾ 60 ਪਿੰਡ ਹੈ ਜੀ, ਅਤੇ ਤਹਿਸੀਲ ਸਨਾਮ ਪੈ ਜਾਂਦੀ ਇਹਨਾਂ ਨੂੰ, ਜ਼ਿਲ੍ਹਾ ਸੰਗਰੂਰ ਹੈ। ਅਤੇ ਇਹਦਾ ਨੰਬਰ ਹੈਗਾ 98145 2845 98145 2845, ਇਹ ਨੰਬਰ ਹੈਗਾ ਸੰਦੀਪ ਦਾ। ਜੇ ਕਿਸੇ ਵੀ ਭਰਾ ਨੂੰ ਵਧੀਆ ਲੱਗਦੀ ਹੈ ਸੰਦੀਪ ਨਾਲ ਗੱਲ ਕਰੋ, ਸੰਦੀਪ ਤੁਹਾਨੂੰ ਸਾਰੀ ਡਿਟੇਲ ਸਮਝਾ ਦੂ ਵੀ ਕਿਵੇਂ ਆ, ਕਿੰਨਾ ਟਾਈਮ ਹੋ ਗਿਆ ਮਗਰਲਾ ਸੂਆ, ਕਦੋਂ ਬੱਚਾ ਦਿੱਤਾ ਇਹਨੇ, ਕਿੰਨਾ ਟਾਈਮ ਹੋ ਗਿਆ ਹੁਣ ਦੁਬਾਰੇ, ਠੀਕ ਹੈ, ਸਾਰੀ ਡਿਟੇਲ ਏ ਟੂ ਜ਼ੈਡ, ਮਤਲਬ ਤੁਸੀਂ ਪੂਰੀ ਤਸੱਲੀ ਨਾਲ ਕਰਕੇ ਆਪਦੀ ਤਸੱਲੀ ਤੁਸੀਂ ਮੱਝ ਲੈ ਸਕਦੇ ਹਾਂ, ਠੀਕ ਹੈ। ਜਿਹੜੀ ਗੱਲ ਕਹਿਤੀ ਉਹਨੇ ਉਹੀ ਗੱਲ ਤੁਹਾਨੂੰ ਦੱਸੂ ਜਿਹੜੀ ਹੋਈ, ਦੂਜੀ ਗੱਲ ਨਹੀਂ ਤੁਹਾਨੂੰ ਦੱਸਦਾ। ਬਾਕੀ ਮੱਝ ਦੀ ਕੱਦ ਕਾਟ ਦੀ ਗੱਲ ਕਰੀਏ ਤਾਂ ਕੱਦ ਕਾਟ ਬਹੁਤ ਜ਼ਿਆਦਾ ਚੰਗਾ, ਚੰਗੀ ਆ, ਵੱਡੀਆਂ ਮੱਝਾਂ 'ਚੋਂ ਆ, ਵੱਡਾ ਕੱਦ ਹੈ, ਠੀਕ ਆ, ਵੱਡੇ ਕੱਦ ਦੇ ਹਿਸਾਬ ਦੇ ਨਾਲ ਤੁਹਾਨੂੰ ਪਤਾ ਹੈ, ਤਾਂ ਜਿਹੜੇ ਬੱਚੇ ਆਉਣ ਵਾਲੇ ਸਮੇਂ 'ਚ ਉਹਨਾਂ ਦੇ ਕੱਦ ਵੀ ਚੰਗੇ ਹੁੰਦੇ ਆ। ਇੱਕ ਡੈਰੀ ਧੰਦੇ ਨੂੰ ਕੱਦ ਵੀ ਚੰਗਾ ਜ਼ਰੂਰੀ ਹੈ, ਕਿਉਂਕਿ ਜੇ ਜ਼ਰੂਰੀ ਕੱਦ ਹੈ, ਮੰਨ ਲਓ ਨੋਰਮਲ ਮੱਝ ਬਿਨਾਂ ਕੱਦ ਤੋਂ, ਕੱਲ੍ਹ ਛੋਟੀ ਮੱਝ ਨੋਰਮਲ ਹੈ ਉਹ ਵੀ 17 ਲੀਟਰ ਦੁੱਧ ਦਿੰਦੀ ਆ, ਤਾਂ ਇੱਕ ਚੰਗੇ ਕੱਦ ਕਾਠ ਵਾਲੀ ਵੀ 17 ਲੀਟਰ ਦੁੱਧ ਦਿੰਦੀ ਹੈ। ਜੇ ਬਾਈ ਚਾਂਸ ਮੰਨ ਲਓ ਬੰਦੇ ਨੂੰ ਐਮਰਜੈਂਸੀ ਆ, ਬੰਦਾ ਮੰਡੀ 'ਤੇ ਲੈ ਗਿਆ ਕਿਸੇ ਪਸ਼ੂ ਮੰਡੀ 'ਤੇ, ਜਿਹੜੀ ਤਾਂ 17 ਲੀਟਰ ਵਾਲੀ ਦੁੱਧ ਵਾਲੀ ਕੱਦ ਕਾਠ ਵਾਲੀ ਮੱਝ ਹੈ, ਉਹ ਤਾਂ ਘੱਟੋ ਘੱਟ ਮਤਲਬ ਮੰਨ ਲਓ 2 ਮੱਝਾਂ ਦਾ ਮੁੱਲ ਉਹਨੇ ਵੈਸੇ ਹੀ ਬਿਟਾ ਦੇਣਾ ਮੰਡੀ 'ਤੇ ਵੀ, ਤਾਂ ਜਿਹੜੀ ਇੱਕ ਪਾਉਂਦੀ ਉਹਦੇ ਨੂੰ 1 ਲੀਟਰ ਦੁੱਧ ਵੱਧ ਦਿੰਦੀ ਹੋਵੇ, ਅਤੇ ਦਰਮਿਆਨੀ ਮੱਝ ਹੋਵੇ ਅਤੇ ਉਹ ਉਹਦੇ ਨੂੰ 50,000 ਘੱਟ ਹੀ ਬਿਟਾਊ, ਇਹ ਵੀ ਬਹੁਤ ਵੱਡੀ ਚੀਜ਼ ਹੈ, ਇਹ ਵੀ ਸੋਚਣ ਵਾਲੀ ਹੈ, ਸੀਮਣ ਵਾਲੇ ਵੀ ਸੋਚਣਾ ਚਾਹੀਦਾ ਵੀ ਅਸੀਂ ਬੱਚਿਆਂ ਦੇ ਕੱਦ ਕਾਠ ਵੀ ਨਾਲ ਲੈਣੇ ਆ, ਵੀ ਅਸੀਂ ਕਿਵੇਂ ਲੈ ਸਕਦੇ ਹਾਂ, ਹੈ ਨਾ। ਤਾਂ ਇਹ ਪ੍ਰੋਪਰ ਜੇ ਕੰਮ ਕਰਾਂਗੇ ਆਪਾਂ, ਫੇਰ ਹੀ ਜਾ ਕੇ ਆਪਾਂ ਨੂੰ ਵਧੀਆ ਢੰਗ ਦੇ ਨਾਲ ਆਪਾਂ ਜਿਹੜਾ ਡੈਰੀ ਧੰਦਾ ਇਹਦੇ ਵਿੱਚ ਆਪਾਂ ਪੈਰ ਅਜਮਾ ਸਕਦੇ ਹਾਂ। ਅਤੇ ਇਹੋ ਜਿਹੀ ਕੋਈ ਗੱਲ ਨਹੀਂ, ਤੁਹਾਨੂੰ ਪਤਾ ਜਿਹੜਾ ਕੰਮ ਹੈ ਸਾਰਿਆਂ ਤੋਂ ਵਧੀਆ, ਕੰਮ ਕਰਨਾ ਜ਼ਰੂਰ ਪਊਗਾ। ਦੇਖੋ ਜਿਵੇਂ ਹੁਣ ਵਕੀਲੀ ਵੀ ਕਰਦਾ ਨਾਲ ਪਸ਼ੂ ਵੀ ਪਾਲਦਾ, ਜੇ ਕਿਸੇ ਬੰਦੇ ਨੇ ਆਪਦੇ ਸੁਪਨੇ ਪੂਰੇ ਕਰਨੇ ਆ ਉਹਨੂੰ ਕੰਮ ਕਰਨਾ ਪਊ ਵੀਰੇ, ਕੰਮ 'ਚੋਂ ਕੰਮ ਛੱਡ ਕੇ ਵੀ ਕੰਮ ਕਰਨਾ ਪਊਗਾ, ਠੀਕ ਹੈ, ਨਹੀਂ ਤਾਂ ਬਸ ਉਹ ਇਕੱਲੇ ਸੁਪਨੇ ਰਹਿ ਜਾਂਦੇ, ਰਾਤ ਨੂੰ ਸੌਂਜੋ ਤੜਕੇ ਗਾਇਬ, ਠੀਕ ਹੈ, ਅਤੇ ਬੰਦਾ ਚਲੋ ਆਪਦਾ ਜਿੱਥੇ ਰਹਿੰਦਾ ਉੱਥੇ, ਤਾਂ ਇਹੀ ਕੰਮ ਹੈ। ਅਤੇ ਜੇ ਨਾਲ ਮਿਹਨਤ ਹਾਰਡ ਵਰਕ ਕਰਦੇ ਨਾ, ਜੇ ਆਪਾਂ ਐਕਸਟਰਾ ਮਿਹਨਤ ਕਰਦੇ ਹਾਂ ਉਹਦਾ ਫਲ ਸਾਨੂੰ ਜ਼ਰੂਰ ਮਿਲੂਗਾ, ਠੀਕ ਹੈ। ਆਪਾਂ ਕਹਿ ਦਿੰਦੇ ਹਾਂ ਵੀ ਬਾਹਰ ਯਾਰ ਇੱਦਾਂ ਬਾਹਰ ਬਈ ਇਕੱਲਾ ਜੀ ਕੰਮ ਕਰਦਾ ਇਕੱਲਾ, ਠੀਕ ਹੈ, ਆਪਣੇ ਨਾਲ ਜੇ ਇੱਕ ਜਣੇ ਨੇ ਕੰਮ ਕਰ ਲਿਆ, 2 ਨਹੀਂ ਕਰਦੇ ਨਾਲ ਕੰਮ, ਇਹ ਚੀਜ਼ਾਂ ਮਾਰਦੇ ਹਾਂ। ਦੂਜੀ ਗੱਲ ਆਪਣੇ ਮਤਲਬ ਆਪਾਂ ਉਹਨਾਂ ਨੂੰ ਵੀ ਸਮਾਂ ਕਹਿੰਦੇ ਹਾਂ, ਜੇ ਆਪਾਂ ਕਿਤੇ ਜਾ ਕੇ ਬੈਠਣਾ ਹੋਵੇ 2-4 ਘੰਟੇ, ਉਹਨੂੰ ਵੀ ਆਪਾਂ ਕਹਿੰਦੇ ਹਾਂ ਵੀ ਮੇਰੇ ਕੋਲ ਤਾਂ ਉੱਥੇ ਬੈਠਣ ਦਾ ਟਾਈਮ ਵੀ ਨਹੀਂ, ਇਹ ਚੀਜ਼ਾਂ ਹੁੰਦੀਆਂ, ਸਾਰਾ ਕੁਝ ਹੁੰਦਾ। ਜੇ ਬੰਦੇ ਨੇ ਕੰਮ ਢੰਗ ਨਾਲ ਕਰਨਾ, ਉਹਨੂੰ ਬੈਠਣ ਨੂੰ ਵੀ ਸਮਾਂ ਮਿਲੂ, ਉਹਨੂੰ ਆਪਦੇ 11 ਦੋਸਤਾਂ 'ਚ ਇੰਜੋਏ ਕਰਨ ਦਾ ਵੀ ਸਮਾਂ ਮਿਲੂ, ਉਹਨੂੰ ਹਰ ਤਰ੍ਹਾਂ ਦਾ ਸਮਾਂ ਮਿਲੂ, ਮਤਲਬ ਪਰ ਬੰਦਾ ਕਰਨ ਵਾਲਾ ਕੰਮ ਹੋਵੇ। ਅਤੇ ਜੇ ਕਹਿਣ ਵਾਲੇ ਨੂੰ ਸਮਾਂ ਨਹੀਂ ਮਿਲਦਾ, ਠੀਕ ਆ ਜੀ ਬਾਈ, ਧੰਨਵਾਦ, ਸਤਿ ਸ਼੍ਰੀ ਅਕਾਲ, ਵਧੀਆ ਲੱਗੀ ਕਰੋ ਸ਼ੇਅਰ।